ਸਤਿ ਸ਼੍ਰੀ ਅਕਾਲ ਦੋਸਤੋ, ਮੇਰੇ ਇਸ ਯੂਟਿਊਬ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਕਿ ਪੰਜਾਬ ਦੇ ਲਈ ਬੀਐਡ ਦੇ ਲਈ ਕਾਮਨ ਐਂਟਰੈਂਸ ਟੈਸਟ 2018 ਆ ਚੁੱਕਿਆ ਹੈ, ਫਾਰਮ ਭਰੇ ਜਾ ਰਹੇ ਨੇ। ਤਾਂ ਦੋਸਤੋ, ਇਸ ਟੈਸਟ ਦੇ ਲਈ ਸਬਜੈਕਟ ਪੰਜਾਬੀ ਦੀ ਫੁੱਲ ਪ੍ਰੈਪਰੇਸ਼ਨ ਤੁਸੀਂ ਮੇਰੇ ਇਸ ਯੂਟਿਊਬ ਚੈਨਲ ਦੇ ਉੱਪਰ ਕਰ ਸਕਦੇ ਹੋ। ਇਹ ਵੀਡੀਓ ਬੀਐਡ ਐਂਟਰੈਂਸ ਟੈਸਟ ਦੇ ਨਾਲ ਨਾਲ ਮਾਸਟਰ ਕੈਡਰ ਪੰਜਾਬੀ ਅਤੇ ਹੋਰ ਸਾਰੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਲਈ ਬਹੁਤ ਹੀ ਉਪਯੋਗੀ ਹੋਣ ਜਾ ਰਹੀ ਹੈ। ਦੋਸਤੋ, ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਸਮਾਨਾਰਥਕ ਸ਼ਬਦਾਂ ਦੇ ਬਾਰੇ ਚਰਚਾ। ਤਾਂ ਦੋਸਤੋ, ਸ਼ੁਰੂ ਕਰਦੇ ਹਾਂ। ਆਕਾਸ਼ ਦਾ ਸਮਾਨਾਰਥਕ ਸ਼ਬਦ ਹੈ। ਚਾਰ ਆਪਸ਼ਨ ਦਿੱਤੇ ਹੋਏ ਨੇ ਜੀ, ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚੋਂ ਅੰਬਰ, ਪਤਾਲ, ਧਰਤੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਹੈਗਾ ਜੀ, ਆਕਾਸ਼ ਦਾ ਸਮਾਨਾਰਥਕ ਸ਼ਬਦ ਹੈ ਅੰਬਰ। ਦੂਜਾ ਪ੍ਰਸ਼ਨ ਹੈ ਜੀ, ਉਲਟਾ ਦਾ ਸਮਾਨਾਰਥਕ ਸ਼ਬਦ। ਦੋਸਤੋ, ਚਾਰ ਆਪਸ਼ਨ ਦਿੱਤੇ ਹੋਏ ਨੇ, ਤੁਸੀਂ ਆਪਸ਼ਨ ਪੜ੍ਹ ਕੇ ਟਿੱਕ ਕਰ ਸਕਦੇ ਹੋ। ਉਲਟਾ ਦਾ ਸਮਾਨਾਰਥਕ ਸ਼ਬਦ ਹੈ ਜੀ ਮੁੱਦਾ। ਤੀਜਾ ਪ੍ਰਸ਼ਨ ਹੈ ਜੀ, ਮੂਰਖ ਦਾ ਸਮਾਨਾਰਥਕ ਸ਼ਬਦ ਹੈ ਊੜਾ ਸਿਆਣਾ, ਆੜਾ ਸਮਝਦਾਰ, ਈੜੀ ਠੀਕ, ਸੱਸਾ ਗਵਾਰ। ਹਾਂਜੀ, ਇਹਦਾ ਸੱਸਾ ਆਪਸ਼ਨ ਹੈ, ਗਵਾਰ। ਅੱਗੇ ਚੌਥਾ ਪ੍ਰਸ਼ਨ ਹੈ ਜੀ, ਵੈਰੀ ਦਾ ਸਮਾਨ ਅਰਥਕ ਸ਼ਬਦ। ਇਹ ਹੈ ਜੀ ਈੜੀ, ਦੁਸ਼ਮਣ। ਪੰਜਵਾਂ ਹੈਗਾ ਜੀ, ਤਾਕਤ ਦਾ ਸਮਾਨ ਅਰਥਕ ਸ਼ਬਦ ਹੈ। ਆਪਸ਼ਨ ਹੈ ਜੀ, ਸ਼ਕਤੀ, ਕਮਜ਼ੋਰ, ਪਤਲਾ ਜਾਂ ਦੁਰਬਲ। ਤਾਂ ਦੋਸਤੋ, ਇਹਦਾ ਊੜਾ ਉੱਤਰ ਸਹੀ ਹੈ, ਸ਼ਕਤੀ। ਅੱਗੇ ਜੀ, ਇਨਸਾਨ ਦਾ ਸਮਾਨਾਰਥਕ ਸ਼ਬਦ ਹੈ ਮਨੁੱਖਤਾ, ਮਨੁੱਖ, ਮਾਨਵਤਾ ਜਾਂ ਮਰਦਾਊ। ਇਨਸਾਨ ਦਾ ਸਮਾਨਾਰਥਕ ਸ਼ਬਦ ਹੈ ਜੀ ਮਨੁੱਖ। ਅੱਗੇ ਜੀ, ਅਗਲਾ ਪ੍ਰਸ਼ਨ, ਗੁੱਸਾ ਦਾ ਸਮਾਨਾਰਥਕ ਸ਼ਬਦ ਹੈ। ਆਪਸ਼ਨ ਦੋਸਤੋ ਤੁਹਾਡੇ ਸਾਹਮਣੇ ਦਿੱਤੇ ਹੋਏ ਨੇ, ਊੜਾ, ਆੜਾ, ਈੜੀ ਅਤੇ ਸੱਸਾ। ਤਾਂ ਇਹਦਾ ਜੀ ਊੜਾ ਆਪਸ਼ਨ ਸਹੀ ਹੈ, ਕ੍ਰੋਧ। ਅਗਲੇ ਪ੍ਰਸ਼ਨ ਵੱਲ ਵੱਧਦੇ ਹਾਂ ਦੋਸਤੋ। ਹੁਸ਼ਿਆਰ ਦਾ ਸਮਾਨ ਅਰਥਕ ਸ਼ਬਦ ਹੈ ਢਿੱਲੜ, ਚਤਰ, ਨਲਾਇਕ ਜਾਂ ਕਮਜ਼ੋਰ। ਇਹਦਾ ਅਰਥ ਹੈ ਜੀ ਚਤਰ। ਅੱਗੇ ਹੈ ਜੀ, ਬਹਾਦਰ ਦਾ ਸਮਾਨ ਅਰਥਕ ਸ਼ਬਦ ਹੈ। ਹੈਗਾ ਦੋਸਤੋ ਆਪਸ਼ਨ ਦਿੱਤੇ ਹੋਏ ਨੇ, ਪੜ੍ਹ ਸਕਦੇ ਹੋ, ਯੋਧਾ। ਅੱਗੇ ਜੀ, ਆਦਰ ਦਾ ਸਮਾਨ ਅਰਥਕ ਸ਼ਬਦ, ਇਹ ਹੈਗਾ ਜੀ ਆਓ ਭਗਤ। ਦੋਸਤੋ, ਕਿ ਇੱਕ ਵਾਰ ਕਾਹਲੀ ਕਾਹਲੀ ਦੇ ਵਿੱਚ ਆਪਾਂ ਪ੍ਰਸ਼ਨ ਨਹੀਂ ਪੜ੍ਹਦੇ, ਸਿੱਧਾ ਆਦਰ ਨੂੰ ਦੇਖ ਕੇ ਨਿਰਾਦਰ ਲਗਾ ਦਿੰਦੇ ਹਾਂ। ਦੋਸਤੋ, ਇਹ ਗੱਲ ਬੜੀ ਧਿਆਨ ਵਾਲੀ ਹੈ ਕਿ ਪਹਿਲਾਂ ਪ੍ਰਸ਼ਨ ਨੂੰ ਚੰਗੀ ਤਰ੍ਹਾਂ ਪੜ੍ਹੋ। ਅੱਗੇ ਜੀ, ਅਮਨ ਦਾ ਸਮਾਨ ਅਰਥਕ ਸ਼ਬਦ ਹੈ। ਚਾਰ ਆਪਸ਼ਨ ਨੇ, ਜੰਗ, ਯੁੱਧ, ਲੜਾਈ, ਸ਼ਾਂਤੀ। ਇਹ ਹੈਗਾ ਜੀ ਸੱਸਾ, ਸ਼ਾਂਤੀ। ਅੱਗੇ ਜੀ, ਉਪਕਾਰ ਦਾ ਸਮਾਨ ਅਰਥਕ ਸ਼ਬਦ, ਈੜੀ ਆਪਸ਼ਨ ਹੈ ਜੀ ਇਹਦਾ, ਭਲਾਈ। ਅੱਗੇ ਜੀ, ਔੜਕ ਦਾ ਸਮਾਨ ਅਰਥਕ ਸ਼ਬਦ, ਇਹ ਹੈ ਜੀ ਔੜਕ ਦਾ ਭਾਵ ਹੁੰਦਾ ਹੈ ਅਰ, ਅੰਤ। ਅੱਗੇ ਜੀ, ਅੰਤਰ ਦਾ ਸਮਾਨ ਅਰਥਕ ਸ਼ਬਦ,
ਸਮਾਨਤਾ, ਇੱਕੋ ਜਿਹਾ, ਫਰਕ ਜਾਂ ਨਿਰੰਤਰ? 14ਵੇਂ ਪ੍ਰਸ਼ਨ ਦਾ ਉੱਤਰ ਹੈ ਜੀ ਈੜੀ, ਫਰਕ। ਅੰਤਰ ਦਾ ਮਤਲਬ ਹੈ ਫਰਕ। ਉੱਤਮ ਦਾ ਸਮਾਨ ਅਰਥਕ ਸ਼ਬਦ, ਘਟੀਆ, ਨਿਕੰਮਾ, ਮਹੱਤਵਹੀਨ ਜਾਂ ਸ੍ਰੇਸ਼ਟ? ਆਪਸ਼ਨ ਪੜ੍ਹ ਸਕਦੇ ਹੋ ਦੋਸਤੋ। ਉੱਤਮ ਦਾ ਸਮਾਨ ਅਰਥਕ ਸ਼ਬਦ, ਉੱਤਮ ਦਾ ਸਮਾਨ ਅਰਥਕ ਸ਼ਬਦ ਹੁੰਦਾ ਜੀ ਸ੍ਰੇਸ਼ਟ। ਅੱਗੇ ਦੋਸਤੋ 16ਵਾਂ ਪ੍ਰਸ਼ਨ, ਉਮੰਗ ਦਾ ਸਮਾਨ ਅਰਥਕ ਸ਼ਬਦ ਹੈ? ਹਾਂਜੀ ਈੜੀ, ਤਾਂਗ। ਅੱਗੇ ਜੀ ਉਜਾਲਾ ਦਾ ਸਮਾਨ ਅਰਥਕ ਸ਼ਬਦ, ਚਾਰ ਆਪਸ਼ਨ ਦਿੱਤੇ ਹੋਏ ਨੇ ਜੀ, ਪੜ੍ਹ ਸਕਦੇ ਹੋ। ਹਨੇਰਾ, ਹਨੇਰੀ, ਅਗਿਆਨਤਾ ਅਤੇ ਰੋਸ਼ਨੀ। ਉਜਾਲਾ ਦਾ ਹੈਗਾ ਜੀ ਰੋਸ਼ਨੀ। ਅੱਗੇ ਜੀ ਛੋਟਾ ਦਾ ਸਮਾਨ ਅਰਥਕ ਸ਼ਬਦ ਹੈ? ਛੋਟੀ, ਨਿੱਕੀ, ਨਿੱਕਾ, ਥੁੜਤਾ। ਛੋਟਾ ਦਾ ਅਰਥ ਹੁੰਦਾ ਜੀ ਨਿੱਕਾ। ਅੱਗੇ ਦੋਸਤੋ ਸ਼ੁੱਧ ਦਾ ਸਮਾਨ ਅਰਥਕ ਸ਼ਬਦ, ਨਿਰਮਲ, ਮੈਲਾ, ਰਲਿਆ ਮਿਲਿਆ ਜਾਂ ਸ਼ੁੱਧਹੀਨ? ਇਹ ਹੈਗਾ ਜੀ ਸ਼ੁੱਧ ਦਾ ਅਰਥ ਹੈ ਨਿਰਮਲ। ਅੱਗੇ ਜੀ ਆਜ਼ਾਦੀ ਦਾ ਸਮਾਨ ਅਰਥਕ ਸ਼ਬਦ, ਚਾਰ ਆਪਸ਼ਨ ਦਿੱਤੇ ਹੋਏ ਨੇ ਜੀ, ਪੜ੍ਹ ਸਕਦੇ ਹੋ। ਆਜ਼ਾਦੀ ਦਾ ਸਮਾਨ ਅਰਥਕ ਹੁੰਦਾ ਜੀ ਸੁਤੰਤਰਤਾ। ਅੱਗੇ ਧਰਤੀ ਦਾ ਸਮਾਨ ਅਰਥਕ ਸ਼ਬਦ ਹੈ? ਇਹਦੇ ਵਿੱਚ ਦੋਸਤੋ ਪੁਲਾੜ, ਆਕਾਸ਼, ਪ੍ਰਿਥਵੀ ਅਤੇ ਅੰਬਰ, ਇਹਨਾਂ ਚਾਰਾਂ ਦੇ ਵਿੱਚੋਂ ਦੇਖਣਾ ਜੀ ਧਰਤੀ ਦਾ ਸਮਾਨ ਅਰਥਕ ਸ਼ਬਦ। ਇਹ ਹੈਗਾ ਜੀ ਈੜੀ, ਪ੍ਰਿਥਵੀ। ਅੱਗੇ ਹੈ ਜੀ 22ਵਾਂ ਪ੍ਰਸ਼ਨ, ਜਿਸਮ ਦਾ ਸਮਾਨ ਅਰਥਕ ਸ਼ਬਦ, ਸਰੀਰ, ਨਾਜਕ, ਟਿਕਾਊ ਜਾਂ ਪ੍ਰਾਣ? ਊੜ ਆਪਸ਼ਨ ਹੈ ਜੀ ਸਰੀਰ। ਆਥਣ ਦਾ ਸਮਾਨ ਅਰਥਕ ਸ਼ਬਦ ਹੈ? ਸਵੇਰ, ਪ੍ਰਭਾਤ, ਦੁਪਹਿਰ, ਤਿਰਕਾਲਾ। ਦੋਸਤੋ ਦੁਪਹਿਰ ਦੇ ਸਪੈਲਿੰਗ ਸਹੀ ਨੇ, ਕਰ ਲਿਓ। ਦਿਨ ਔਂਕੜ, ਪੱਪਾ ਹਾਏ ਨੂੰ ਸਿਹਾਰੀ, ਰਾਰਾ ਦੁਪਹਿਰ। ਹਾਂਜੀ ਆਥਣ ਦਾ ਸਮਾਨ ਅਰਥਕ ਸ਼ਬਦ, ਆਥਣ ਦਾ ਸਮਾਨ ਅਰਥਕ ਸ਼ਬਦ ਹੈ ਜੀ ਤਿਰਕਾਲਾ। ਅੱਗੇ ਜੀ ਅਮੀਰ ਦਾ ਸਮਾਨ ਅਰਥਕ ਸ਼ਬਦ, ਆਪਸ਼ਨ ਤੁਹਾਡੇ ਸਾਹਮਣੇ ਨੇ ਜੀ। ਹਾਂਜੀ ਊੜਾ ਆਪਸ਼ਨ ਹੈ ਜੀ ਦੌਲਤਮੰਦ। ਅੱਗੇ ਜੀ ਨਾਰੀ ਦਾ ਸਮਾਨ ਅਰਥਕ ਸ਼ਬਦ, ਨਾਰੀ ਦਾ ਸਮਾਨ ਅਰਥਕ ਸ਼ਬਦ ਹੁੰਦਾ ਜੀ ਇਸਤਰੀ। ਅੱਗੇ ਜੀ ਸੰਤੋਖ ਦਾ ਸਮਾਨ ਅਰਥਕ ਸ਼ਬਦ, ਚਾਰ ਆਪਸ਼ਨ ਦਿੱਤੇ ਹੋਏ ਨੇ ਜੀ ਸਾਹਮਣੇ, ਸੰਤੋਖ, ਸਬਰ, ਸੰਤੋਖ ਦਾ ਹੁੰਦਾ ਜੀ ਤ੍ਰਿਪਤੀ। ਅੱਗੇ ਜੀ 27ਵਾਂ ਪ੍ਰਸ਼ਨ, ਜਾਨ ਦਾ ਸਮਾਨ ਅਰਥਕ ਸ਼ਬਦ, ਜਿੰਦ, ਨਿਰਜਿੰਦ, ਬੇਜਾਨ, ਜਾਨਹੀਨ। ਜਾਨ ਦਾ ਸਮਾਨ ਅਰਥਕ ਸ਼ਬਦ ਹੁੰਦਾ ਜੀ ਜਿੰਦ। ਅੱਗੇ ਜੀ ਸੰਕੋਚ ਦਾ ਸਮਾਨ ਅਰਥਕ ਸ਼ਬਦ, ਸੰਕੋਚ ਦਾ ਸਮਾਨ ਅਰਥਕ ਸ਼ਬਦ ਹੁੰਦਾ ਜੀ ਝਿਜਕ। ਸੱਸਾ ਆਪਸ਼ਨ ਬਿਲਕੁਲ ਸਹੀ ਹੈ। ਅੱਗੇ ਜੀ ਕੁਸ਼ਚਨ ਆਪਣੇ ਕੋਲ, ਸਵਰਾਜ ਦਾ ਸਮਾਨ ਅਰਥਕ ਸ਼ਬਦ, ਸਵਰਾਜ ਦਾ ਸਮਾਨ ਅਰਥਕ ਸ਼ਬਦ ਹੁੰਦਾ ਦੋਸਤੋ ਗਰਜ, ਗੱਗਾ, ਰਾਰਾ, ਜੱਜੇ, ਪੈਰ, ਬਿੰਦੀ। ਊੜਾ ਆਪਸ਼ਨ ਹੈ ਜੀ। ਅੱਗੇ ਜੀ ਸੋਨਾ ਦਾ ਸਮਾਨ ਅਰਥਕ ਸ਼ਬਦ,
ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਈਡੀ ਸੁੰਦਰ। ਅੱਗੇ ਜੀ ਗਰੀਬੀ ਦਾ ਸਮਾਨ ਅਰਥਕ ਸ਼ਬਦ, ਗਰੀਬੀ ਦਾ ਸਮਾਨ ਅਰਥਕ ਸ਼ਬਦ ਹੁੰਦਾ ਜੀ ਕੰਗਾਲੀ। ਅੱਗੇ ਦੋਸਤੋ 32ਵਾਂ ਪ੍ਰਸ਼ਨ, ਅਰਥ ਦਾ ਸਮਾਨ ਅਰਥਕ ਸ਼ਬਦ ਇਹ ਹੁੰਦਾ ਜੀ ਭਾਵ। ਅੱਗੇ ਜੀ ਵਰਖਾ ਦਾ ਸਮਾਨ ਅਰਥਕ ਸ਼ਬਦ ਹੈ ਸੋਕਾ, ਹਰਿਆਵਲ, ਹੜ੍ਹ ਜਾਂ ਮੀਂਹ, ਇਹ ਹੁੰਦਾ ਜੀ ਸੱਸਾ ਮੀਂਹ। ਅੱਗੇ ਹੈ ਜੀ ਦੋਸਤੀ ਦਾ ਸਮਾਨ ਅਰਥਕ ਸ਼ਬਦ, ਦੋਸਤੀ ਦਾ ਸਮਾਨ ਅਰਥਕ ਸ਼ਬਦ ਹੁੰਦਾ ਜੀ ਊੜਾ, ਮਿੱਤਰਤਾ। ਅੱਗੇ ਜੀ ਪ੍ਰਸ਼ਨ, ਬੁਰਾ ਦਾ ਸਮਾਨ ਅਰਥਕ ਸ਼ਬਦ, ਆਪਸ਼ਨ ਹੈ ਦੋਸਤੋ ਚੰਗਾ, ਭੈੜਾ, ਬੁਰਿਆਈਆਂ ਅਤੇ ਬੁਰਿਆਈਹੀਨ। ਬੁਰਾ ਦਾ ਸਮਾਨ ਅਰਥਕ ਸ਼ਬਦ ਹੁੰਦਾ ਜੀ ਭੈੜਾ। ਅੱਗੇ ਦੋਸਤੋ 36ਵਾਂ ਪ੍ਰਸ਼ਨ, ਖੁਸ਼ਬੂ ਦਾ ਸਮਾਨ ਅਰਥਕ ਸ਼ਬਦ, ਖੁਸ਼ਬੂ ਦਾ ਸਮਾਨ ਅਰਥਕ ਸ਼ਬਦ ਹੁੰਦਾ ਜੀ ਸੁਗੰਧ। ਅੱਗੇ ਜੀ ਸਸਤਾ ਦਾ ਸਮਾਨ ਅਰਥਕ ਸ਼ਬਦ, ਆਪਸ਼ਨ ਹੈ ਜੀ ਸੁਵੱਲਾ, ਮਹਿੰਗਾ, ਵਡਮੁੱਲਾ, ਕੀਮਤੀ, ਇਹ ਹੈਗਾ ਜੀ ਊੜਾ ਸੁਵੱਲਾ। ਅੱਗੇ ਦੋਸਤੋ 38ਵਾਂ ਪ੍ਰਸ਼ਨ, ਔਖ ਦਾ ਸਮਾਨ ਅਰਥਕ ਸ਼ਬਦ ਹੈ, ਹਾਂਜੀ ਔਖ ਦਾ ਸਮਾਨ ਅਰਥਕ ਸ਼ਬਦ ਹੈ ਸੌਖ, ਸੁੱਖ, ਕਠਿਨਾਈ ਜਾਂ ਇਹਨਾਂ ਵਿੱਚੋਂ ਕੋਈ ਨਹੀਂ, ਇਹ ਹੈਗਾ ਜੀ ਈੜੀ ਕਠਿਨਾਈ। ਅੱਗੇ ਜੀ ਇਕਰਾਰ ਦਾ ਸਮਾਨ ਅਰਥਕ ਸ਼ਬਦ, ਆਪਸ਼ਨ ਤੁਹਾਡੇ ਸਾਹਮਣੇ ਨੇ ਜੀ, ਇਕਰਾਰ ਹੁੰਦਾ ਜੀ ਪ੍ਰਣ, ਪਾਪੇ ਦੇ ਪੈਰ 'ਚ ਰਾਰਾ, ਨਾਨਾ। ਅੱਗੇ ਦੋਸਤੋ ਸੁਖਮ ਦਾ ਸਮਾਨ ਅਰਥਕ ਸ਼ਬਦ, ਆਪਸ਼ਨ ਹੈ ਜੀ ਨਾਜ਼ੁਕ, ਮੋਟਾ, ਸੁਖਮਹੀਨ ਅਤੇ ਸਖਤ, ਇਹ ਹੁੰਦਾ ਜੀ ਨਾਜ਼ੁਕ। ਅੱਗੇ ਹੈ ਜੀ 41ਵਾਂ ਪ੍ਰਸ਼ਨ, ਮਦਦ ਦਾ ਸਮਾਨ ਅਰਥਕ ਸ਼ਬਦ, ਮਦਦ ਦਾ ਸਮਾਨ ਅਰਥ ਸ਼ਬਦ ਦੋਸਤੋ ਦੇਖਣਾ ਇਹਨਾਂ ਦੇ ਵਿੱਚੋਂ ਕਿਹੜਾ ਚਾਰਾਂ ਦੇ ਵਿੱਚੋਂ, ਇਹ ਹੈਗਾ ਜੀ ਸੱਸਾ, ਹਮਾਇਤ। ਅੱਗੇ ਵੱਧਦੇ ਹਾਂ ਦੋਸਤੋ ਅਗਲੇ ਪ੍ਰਸ਼ਨ ਵੱਲ, ਮੁੱਢ ਦਾ ਸਮਾਨ ਅਰਥਕ ਸ਼ਬਦ ਹੈ, ਹਾਂਜੀ ਮੁੱਢ ਦਾ ਸਮਾਨ ਅਰਥਕ ਸ਼ਬਦ ਹੁੰਦਾ ਦੋਸਤੋ ਸ਼ੁਰੂ। ਅੱਗੇ ਜੀ ਠੰਮਾ ਦਾ ਸਮਾਨ ਅਰਥਕ ਸ਼ਬਦ, ਆਪਸ਼ਨ ਹੈ ਜੀ ਕਾਹਲੀ, ਬੇਸਬਰੀ, ਧੀਰਜ, ਧੀਰਜਤਾਹੀਨ। ਠੰਮਾ ਦਾ ਸਮਾਨ ਅਰਥਕ ਸ਼ਬਦ ਹੁੰਦਾ ਜੀ ਧੀਰਜ। ਅੱਗੇ ਦੋਸਤੋ ਅਲੌਕਿਕ ਦਾ ਸਮਾਨ ਅਰਥਕ ਸ਼ਬਦ, ਅਲੌਕਿਕ ਦਾ ਸਮਾਨ ਅਰਥ ਸ਼ਬਦ ਹੁੰਦਾ ਜੀ ਅਨੋਖਾ। ਅੱਗੇ ਦੋਸਤੋ ਊਨਾ ਦਾ ਸਮਾਨ ਅਰਥਕ ਸ਼ਬਦ, ਆਪਸ਼ਨ ਹੈ ਜੀ ਪੂਰਾ, ਭਰਿਆ, ਖਾਲੀ, ਅਧੂਰਾ, ਊਨਾ ਦਾ ਹੁੰਦਾ ਜੀ ਅਧੂਰਾ। ਅੱਗੇ ਦੋਸਤੋ ਉਚਿਤ ਦਾ ਸਮਾਨ ਅਰਥਕ ਸ਼ਬਦ ਹੈ, ਚਾਰ ਆਪਸ਼ਨ ਦਿੱਤੇ ਹੋਏ ਨੇ ਜੀ ਸਮਾਨ ਅਰਥਕ ਸ਼ਬਦ ਲੱਭਣਾ ਉਚਿਤ ਦਾ, ਇਹ ਹੁੰਦਾ ਜੀ ਯੋਗ। ਅੱਗੇ ਦੋਸਤੋ 48ਵਾਂ ਪ੍ਰਸ਼ਨ, ਉਪਯੋਗ ਦਾ ਸਮਾਨ ਅਰਥਕ ਸ਼ਬਦ, ਉਪਯੋਗ ਦਾ ਸਮਾਨ ਅਰਥਕ ਸ਼ਬਦ ਇਹ ਹੁੰਦਾ ਜੀ ਲਾਭ। ਅੱਗੇ ਦੋਸਤੋ ਉੱਦਮ ਦਾ ਸਮਾਨ ਅਰਥਕ ਸ਼ਬਦ ਦੇਖਣਾ ਇਹਨਾਂ ਦੇ ਵਿੱਚੋਂ ਕਿਹੜਾ, ਯਤਨਹੀਨ, ਕੋਸ਼ਿਸ਼ਹੀਨ, ਉਪਰਾਲਾ ਜਾਂ ਉੱਦਮਹੀਨ। ਉੱਦਮ ਦਾ ਸਮਾਨ ਅਰਥਕ ਸ਼ਬਦ ਹੁੰਦਾ ਦੋਸਤੋ ਈੜੀ ਉਪਰਾਲਾ। ਅੱਗੇ ਜੀ ਅਣਜਾਣਾ ਦਾ ਸਮਾਨ ਅਰਥਕ ਸ਼ਬਦ ਹੈ, ਆਪਸ਼ਨ ਹੈ ਜੀ ਆਪਣੇ ਕੋਲ ਸਿਆਣਾ, ਅਣਜਾਣ, ਸਮਝਦਾਰ,
ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਇਹ ਹੁੰਦਾ ਜੀ ਅਣਜਾਣਾਂ ਦਾ ਅਣਜਾਣ। ਅੱਗੇ ਦੋਸਤੋ ਉਦਾਸ ਦਾ ਸਮਾਨ ਅਰਥਕ ਸ਼ਬਦ। ਉਦਾਸ ਦਾ ਸਮਾਨ ਅਰਥਕ ਸ਼ਬਦ ਹੁੰਦਾ ਜੀ ਚਿੰਤਾ ਤੁਰ। ਅਕਲ ਦਾ ਸਮਾਨ ਅਰਥਕ ਸ਼ਬਦ ਹੈ ਅਕਲਹੀਨ, ਸਿਆਣਪ, ਬੇਅਕਲ, ਬੇਸਮਝ। ਚਾਰ ਆਪਸ਼ਨ ਦੇ ਵਿੱਚੋਂ ਦੋਸਤੋ ਸਿਲੈਕਟ ਕਰਨਾ ਕਿ ਅਕਲ ਦਾ ਸਮਾਨ ਅਰਥਕ ਸ਼ਬਦ ਕੀ ਹੈ। ਇਹ ਹੁੰਦਾ ਜੀ ਸਿਆਣਪ। ਅੱਗੇ ਦੋਸਤੋ 53ਵਾਂ ਪ੍ਰਸ਼ਨ, ਓਪਰਾ ਦਾ ਸਮਾਨ ਅਰਥਕ ਸ਼ਬਦ। ਇਹ ਹੁੰਦਾ ਜੀ ਓਪਰਾ, ਪਰਾਇਆ। ਅੱਗੇ ਦੋਸਤੋ ਅਨਾਥ ਦਾ ਸਮਾਨ ਅਰਥਕ ਸ਼ਬਦ। ਅਨਾਥ ਦਾ ਸਮਾਨ ਅਰਥਕ ਸ਼ਬਦ ਹੈ ਜੀ ਹਮਾਇਤੀ, ਯਤੀਮ, ਅਨਾਥੀ ਜਾਂ ਅਨਾਥਨ। ਇਹ ਦੋਸਤੋ ਆੜਾ, ਯਤੀਮ। ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ। ਅਗਲੀ ਵੀਡੀਓ ਦੇ ਵਿੱਚ ਹੋਰ ਵਧੀਆ ਵਧੀਆ ਵਿਸ਼ੇ ਲੈ ਕੇ ਮਿਲਾਂਗੇ, ਜਿਹਦੇ ਵਿੱਚ ਤੁਹਾਡੀ ਬੀਐਡ ਐਂਟਰੈਂਸ ਐਗਜ਼ਾਮ ਦੀ ਪੂਰੀ ਤਿਆਰੀ ਹੋਵੇਗੀ।